ਹੈਲੋ ਹਾਂਜੀ ਹੋਰ ਜੀ ਕਿਵੇਂ ਹੋਈ ਸਾਰੇ ਵਧੀਆ ਹੀ ਠੀਕ ਠਾਕ ਹੀ ਹਾਂਜੀ ਜੇ ਤੁਸੀਂ ਚੈਨਲ ਤੇ ਨਵੇਂ ਆਈ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਜਿਹੜੀ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਅਗਲੀ ਜਿਹੜੀ ਆਪਣੀ ਅਪਡੇਟ ਆਈ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਸਭ ਤੋਂ ਪਹਿਲਾਂ ਹੀ ਆਪਾਂ ਹੁਣ ਗੱਲ ਕਰਦੇ ਹਾਂ ਵੀ ਜਿਹੜੀ ਅੱਜ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਸੋਚ ਚੁੱਕੀ ਗਈ ਹੈ ਇਟਲੀ ਦੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਆਈ ਮਾਰੀਓ ਦਰਾਗੀ ਜੀ ਬਣ ਚੁੱਕੇ ਆਈ ਉਹਨਾਂ ਦੇ ਵੱਲੋਂ ਅੱਜ ਸੌ ਚੁੱਕ ਲਈਤੀ ਗਈ ਹੈ ਜੀ ਤੇ ਗੱਲ ਕਰੀਏ ਆਪਾਂ ਹੁਣ ਇਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਕਿੰਨੇ ਮੰਤਰੀ ਹੋਣਗੇ ਤਾਂ ਇਹਨਾਂ ਦੇ ਮੰਤਰੀ ਮੰਡਲ ਦੇ ਵਿੱਚ 23 ਮੰਤਰੀ ਇਹਨਾਂ ਦੇ ਨਾਲ ਹੋਰ ਹੋਰ ਹੋਣਗੇ ਤੇ ਇਹਨਾਂ ਦੇ ਵਿੱਚ ਜਿਹੜਾ ਤੀਜਾ ਹਿੱਸਾ ਯੋਹੂ ਬੀਬੀਆਂ ਨੂੰ ਦਿੱਤਾ ਗਿਆ ਵੀ ਜਿਹੜੀਆਂ 8 ਇਹਨਾਂ ਦੇ ਨਾਲ ਬੀਬੀਆਂ ਹੋਣਗੀਆਂ ਤੇ 15 ਮਰਦ ਹੋਣਗੇ ਵੀ ਜਿਹੜੇ ਜੈਂਟਸ ਹੋਣਗੇ ਤੇ 8 ਇਹਨਾਂ ਦੇ ਨਾਲ ਲੇਡੀਜ਼ ਆਉਣਗੀਆਂ ਜਿਹੜੀ ਇਹਨਾਂ ਦੀ ਪਾਰਟੀ ਆ ਤੇ ਇਤੇ ਬਾਅਦ ਹੀ ਹੁਣ ਆਪਾਂ ਗੱਲ ਕਰੀਏ ਮਾਰੀਓ ਦਰਾਗੀ ਜੀ ਜਿਹਦੀ ਉਮਰ ਆਈ ਉਹ ਹੈਗੀ ਆ 73 ਸਾਲ ਇਹਨਾਂ ਦੀ ਉਮਰ ਵੀ ਜਿਨ੍ਹਾਂ ਨੇ ਸੌ ਹੋ ਚੁੱਕੀ ਹੈ ਜਿਹੜੇ ਅੱਜ ਹੁਣ ਇਟਲੀ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਆ ਤੇ ਇਹੇ ਪਹਿਲਾਂ ਵੀ ਜਿਹੜੇ ਜੂਨੀਅਨ ਸੈਂਟਰਲ ਬੈਂਕ ਦੇ ਜਿਹੜੇ ਪ੍ਰਧਾਨ ਆਈ ਉਹ ਰਹਿ ਚੁੱਕੇ ਆ ਅਤੇ ਬੈਂਕ ਆਫ ਇੰਡੀਆ ਦੇ ਜਿਹੜੇ ਗਵਰਨਰ ਆਈ ਉਹ ਵੀ ਰਹਿ ਚੁੱਕੇ ਆ ਇਹ ਤੇ ਇਸ ਤੋਂ ਬਾਅਦ ਹੀ ਇਹਨਾਂ ਦੀ ਪੜ੍ਹਾਈ ਦੇਖੀਏ ਵੀ ਜਿਹੜੀ ਇਹਨਾਂ ਨੇ ਸਟੱਡੀ ਕਰੀ ਹੋਈ ਆ ਤਾਂ ਇਹਨਾਂ ਨੇ ਜਿਹੜੀ ਸਟੱਡੀ ਕਰੀ ਆਈ ਉਹ ਰੋਮ ਯੂਨੀਵਰਸਿਟੀ ਤੋਂ ਇਹਨਾਂ ਨੇ ਸਟੱਡੀ ਜਿਹੜੀ ਹਾਸਲ ਕੀਤੀ ਆ ਪੀ ਐਚ ਡੀ ਜਿਹੜੀ ਡਿਗਰੀ ਆਈ ਉਹ ਇਹਨਾਂ ਨੇ ਹਾਸਲ ਕੀਤੀ ਹੋਈ ਆ ਤੇ ਇਸੇ ਕਰਕੇ ਹੀ ਇਹਨਾਂ ਨੂੰ ਜਿਵੇਂ ਸੁਰਜੀ ਹੋਏ ਇਨਸਾਨ ਆ ਜਿਹੜੇ ਵੀ ਉਹ ਦੱਸਿਆ ਜਾ ਰਿਹਾ ਜਿਵੇਂ ਜਿਹੜੇ ਹੁਣ ਇਟਲੀ ਦੇ ਰਾਸ਼ਟਰਪਤੀ ਆ ਤਾਂ ਮਤਰੇਲਾ ਜੀ ਨੇ ਤਾਂ ਹੀ ਜਿਹੜਾ ਇਹਨਾਂ ਨੂੰ ਜਿਹੜਾ ਸਿਲੈਕਟ ਕੀਤਾ ਹੀ ਤਾਂ ਹੀ ਉਹ ਉਹ ਇਹਨਾਂ ਨੂੰ ਅੱਗੇ ਲੈ ਕੇ ਆਏ ਆ ਤੇ ਹੁਣ ਇਸ ਤੋਂ ਬਾਅਦ ਚਲਦੇ ਆਂ ਜੀ ਆਪਾਂ ਨੈਕਸਟ ਅਪਡੇਟ ਵੱਲ ਜਿਹੜੀ ਨੈਕਸਟ ਖਬਰ ਆਈ ਉਹ ਹੈਗੀ ਆ ਜਿਵੇਂ ਹੁਣ 25 ਫਰਵਰੀ ਤੱਕ ਹੀ ਕਰ ਦਿੱਤਾ ਗਿਆ ਵੀ ਜਿਹੜਾ ਹੀ ਆਪਾਂ ਇੱਕ ਰੀਜ਼ੋਨੇ ਤੋਂ ਦੂਜੇ ਰੀਜ਼ੋਨੇ ਦੇ ਵਿੱਚ ਜਾ ਨਹੀਂ ਸਕਦੇ ਵੀ ਹੁਣ ਆਪਾਂ ਨੂੰ ਮਨਾਹੀ ਆ ਵੀ ਤੁਸੀਂ ਇੱਕ ਰੀਜ਼ੋਨੇ ਤੋਂ ਦੂਜੇ ਰੀਜ਼ੋਨੇ ਦੇ ਵਿੱਚ ਜਾ ਨਹੀਂ ਸਕਦੇ ਜੀ ਜਿਹੜੀ ਇਹਦੀ ਪਹਿਲਾਂ ਡੇਟ ਸੀਗੀ ਤਾਂ ਇਹ ਉਹ 15 ਥਾਈ ਇਹਦੀ ਡੇਟ ਸੀਗੀ ਤਾਂ ਜਿਹੜੀ ਹੁਣ ਇਹਦੀ ਡੇਟ ਵਧਾ ਕੇ ਹੀ ਹੁਣ 25 ਫਰਵਰੀ ਤੱਕ ਵੀ ਤੁਹਾਨੂੰ ਮਨਾਹੀ ਹੈ ਤੁਸੀਂ ਕਿਸੇ ਵੀ ਰੀਜ਼ੋਨ ਦੇ ਵਿੱਚਾਂ ਚਾਹੇ ਯੈਲੋ ਦੇ ਵਿੱਚਾਂ ਚਾਹੇ ਔਰੇਂਜ ਦੇ ਵਿੱਚਾਂ ਤਾਂ ਤੁਸੀਂ ਹੁਣ ਦੂਜੇ ਰੀਜ਼ੋਨ ਦੇ ਵਿੱਚ ਜਾ ਨਹੀਂ ਸਕਦੇ ਤੇ ਹੁਣ ਇਸ ਤੋਂ ਬਾਅਦ ਹੀ ਗੱਲ ਕਰੀਏ ਆਪਾਂ ਜਿਹੜੇ ਹੁਣ ਔਰੇਂਜ ਜ਼ੋਨ ਦੇ ਵਿੱਚ ਐਂਟਰ ਕਰ ਰਹੇ ਹਾਂ ਜਿਹੜੇ ਰੀਜ਼ੋਨ ਹੈ ਤਾਂ ਹੀ ਉਹ ਸਭ ਤੋਂ ਪਹਿਲਾਂ ਅੰਬਰੂਸੋ ਫਿਰ ਲਗੂਰੀਆ ਫਿਰ ਟਸਕਾਨਾ ਤੇ ਤ੍ਰੈਂਟੋ ਇਹ ਹੀ ਐਤਵਾਰ ਤੋਂ ਜਿਹੜੇ ਐਂਟਰੀ ਕਰ ਰਹੇ ਆਂ ਅ ਔਰੇਂਜ ਜ਼ੋਨ ਦੇ ਵਿੱਚ ਤੇ ਨਾਲ ਹੀ ਹੁਣ ਆਪਾਂ ਗੱਲ ਕਰੀਏ ਵੀ ਜਿਹੜੇ ਪਹਿਲਾਂ ਤੋਂ ਹੀ ਜਿਹੜੇ ਔਰੇਂਜ ਜ਼ੋਨ ਦੇ ਵਿੱਚ ਐਂਟਰ ਹੈਗੀਆਂ ਰੈਜ਼ੋਨੇ ਤੇ ਉੰਬਰੀਆ ਤੇ ਬਲਜ਼ਾਨੋ ਜਿਹੜੇ ਪਹਿਲਾਂ ਤੋਂ ਹੀ ਜਿਹੜੇ ਔਰੇਂਜ ਜ਼ੋਨ ਦੇ ਵਿੱਚ ਹੈਗੇ ਆ ਤੇ ਗੱਲ ਕਰੀਏ ਸੁਚੀਲੀਆ ਦੀ ਤਾਂ ਸੁਚੀਲੀਆ ਹੀ ਹੁਣ ਜ਼ਾਲੋ ਜ਼ੋਨ ਦੇ ਵਿੱਚ ਐਂਟਰੀ ਕਰ ਰਿਹਾ ਹੈ ਤੇ ਹੁਣ ਇਸ ਤੋਂ ਬਾਅਦ ਚੱਲਦੇ ਆਂ ਜੀ ਆਪਾਂ ਨੈਕਸਟ ਅਪਡੇਟ ਵੱਲ ਜਿਹੜੀ ਸਪੇਨ ਤੋਂ ਜਿਹੜੀ ਅਪਡੇਟ ਆ ਰਹੀ ਹੈ ਜੀ ਪਿਛਲੇ ਲਾਸਟ 7 ਦਿਨਾਂ ਦੀ ਗੱਲ ਕਰੀਏ ਤਾਂ ਜੀ ਜਿਹੜੀਆਂ ਸਪੇਨ ਦੇ ਵਿੱਚ ਡੈਥ ਹੋਈਆਂ ਜੀ 3415 ਲੋਕਾਂ ਦੀ ਡੈਥ ਜਿਹੜੀ ਉੱਥੇ ਰਜਿਸਟਰ ਕੀਤੀ ਗਈ ਹੈ ਜੀ ਪਿਛਲੇ 7 ਦਿਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀਆਂ ਡੈਥ ਇਸ ਸਪੇਨ ਦੇ ਵਿੱਚ ਹੋਈਆਂ ਹੁਣ ਤੱਕ ਹੀ ਇੰਨੀਆਂ ਡੈਥ ਹੋਈਆਂ ਨਹੀਂ ਤੀਆਂ ਹੈਗੀਆਂ ਵੀ ਜਿਹੜੀਆਂ ਪਿਛਲੇ ਵੀਕ ਦੇ ਨਾਲੋਂ 11.35% ਜਿਹੜੀਆਂ ਵੱਧ ਡੈਥ ਹੋਈਆਂ ਇਹ ਜਿਹੜੀ ਪਿਛਲੇ ਵੀਕ ਚ ਹੋਈਆਂ ਇਹ ਪਿਛਲੇ 7 ਦਿਨਾਂ ਦੇ ਵਿੱਚ ਹੋਈਆਂ ਤਾਂ 3415 ਲੋਕਾਂ ਦੀ ਡੈਥ ਹੋਈ ਆ ਤੇ ਇਸ ਤੋਂ ਬਾਅਦ ਚੱਲਦੇ ਆਂ ਜੀ ਆਪਾਂ ਨੈਕਸਟ ਅਪਡੇਟ ਵੱਲ ਜਿਹੜੀ ਨੈਕਸਟ ਖਬਰ ਆਈ ਯੋਹੋ ਹੈਗੀ ਆ ਫਰਾਂਸ ਤੋਂ ਜਿਹੜੀ ਫਰਾਂਸ ਤੋਂ ਖਬਰ ਆ ਰਹੀ ਹੈ ਜਿਵੇਂ ਉਹ ਉੱਥੇ ਜਿਹੜੀ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਜਿਹੜੇ ਹੁਣ ਲੋਕ ਦੁਬਾਰਾ ਤੋਂ ਜਿਹੜੇ ਯੋਹੋ ਪੋਜ਼ਿਟਿਵ ਆ ਰਹੇ ਆ ਤਾਂ ਉਹਦੇ ਕਰਕੇ ਹੀ ਹੁਣ ਜਿਹੜੇ ਉੱਥੇ ਹਾਲਾਤ ਆਈ ਕਾਫੀ ਜ਼ਿਆਦਾ ਸੀਰੀਅਸ ਬਣੇ ਹੋਏ ਆ ਵੀ ਜਿਹੜੀ ਪਹਿਲੀ ਡੋਜ਼ ਦੇਣ ਤੋਂ ਬਾਅਦ ਵੀ ਜਿਹੜੇ ਲੋਕ ਫਿਰ ਤੋਂ ਜਿਹੜੇ ਉੱਥੇ ਪੋਜ਼ਿਟਿਵ ਆਏ ਗਏ ਆ ਤੇ ਇਸ ਤੋਂ ਬਾਅਦ ਚੱਲੀਏ ਆਪਾਂ ਨੈਕਸਟ ਖਬਰ ਵੱਲ ਜਿਹੜੀ ਕਿ ਸੋਮਵਾਰ ਤੋਂ ਜਿਵੇਂ ਹੁਣ ਤੁਸੀਂ ਯੂਕੇ ਦੇ ਵਿੱਚ ਜਾ ਰਹੇ ਆ ਜਾਂ ਤੁਸੀਂ ਯੂਕੇ ਲਈ ਆਪਣੀ ਫਲੈਟ ਬੁੱਕ ਕੀਤੀ ਹੋਈ ਆ ਤਾਂ ਜਿਹੜਾ ਤੁਹਾਨੂੰ ਟੈਸਟ ਆ ਵੀ ਜਿਹੜਾ ਕੋਵਿਡ-19 ਵਾਲਾ ਉਥੇ ਟੈਸਟ ਤੁਸੀਂ ਬੁੱਕ ਕਰਨਾ ਤਾਂ ਹੀ ਉਹ ਤੁਹਾਨੂੰ ਸਿੱਧਾ ਗਵਰਨਮੈਂਟ ਦੀ ਜਿਹੜੀ ਡਾਇਰੈਕਟ ਵੈਬਸਾਈਟ ਤੋਂ ਜਿਹੜਾ ਤੁਹਾਨੂੰ ਬੁੱਕ ਕਰਨਾ ਪੈਣਾ ਤੇ ਉਹਦੀ ਜਿਹੜੀ ਫੀਸ ਹੋਊਗੀ ਉਹਦੀ ਫੀਸ ਇਹਨਾਂ ਨੇ ਰੱਖੀ ਹੈ ਜੀ 210 ਪਾਉਂਡ ਇੱਕ ਟੈਸਟ ਦੀ ਜਿਹੜੀ ਫੀਸ ਰੱਖੀ ਗਈ ਹੈ ਜੀ 210 ਪਾਉਂਡ ਇੱਕ ਟੈਸਟ ਦੇ ਤੁਹਾਨੂੰ ਪੇ ਕਰਨੇ ਪੈਣੇ ਹੈ ਜੀ 210 ਪਾਉਂਡ ਤੇ ਪਰ ਇਹ ਜਿਹੜੇ 33 ਕੰਟਰੀਆਂ ਜਿਵੇਂ ਆਪਾਂ ਨੇ ਤੁਹਾਨੂੰ ਪਿਛਲੀ ਇਹ ਵੀਡੀਓ ਦੇ ਵਿੱਚ ਅਪਡੇਟ ਦਿੱਤੀ ਹੋਈ ਹੈ ਵੀ 33 ਕੰਟਰੀਆਂ ਤੋਂ ਜੇ ਤੁਸੀਂ ਇਹਨਾਂ ਤੋਂ ਜਿਵੇਂ ਕਿ ਸਾਊਥ ਅਫਰੀਕਾ, ਬ੍ਰਾਜ਼ਿਲ, ਪੁਰਤਗਾਲ ਤੇ ਕੁਝ ਜਿਹੜੀਆਂ ਹੋਰ ਕੰਟਰੀਆਂ ਅਫਰੀਕਾ ਹੋਈ ਤਾਂ ਸਾਊਥ ਅਮਰੀਕਾ ਤੇ ਇਹਨਾਂ ਤੋਂ ਹੀ ਜੇ ਤੁਸੀਂ ਉੱਥੇ ਐਂਟਰੀ ਕਰ ਰਹੇ ਆ ਯੂਕੇ ਦੇ ਵਿੱਚ ਤਾਂ ਤੁਹਾਨੂੰ ਹੋਟਲਾਂ ਦੇ ਵਿੱਚ ਵੀ ਰਹਿਣਾ ਪੈਣਾ ਵੀ ਜਿਹੜਾ ਤੁਹਾਨੂੰ ਹੋਟਲਾਂ ਦੇ ਵਿੱਚ ਪੇ ਕਰਨਾ ਹੈ ਤੁਸੀਂ ਜਿਵੇਂ ਤੁਹਾਡਾ ਜਿਹੜਾ ਖਰਚਾ ਹੋਣਾ ਹੀ ਤਕਰੀਬਨ 1710 ਪਾਉਂਡ ਦਾ ਜਿਹੜਾ ਇਹਨਾਂ ਦੇ ਵੱਲੋਂ ਐਸਟੀਮੇਟ ਲਗਾਇਆ ਗਿਆ ਵੀ ਜਿਹੜਾ ਤੁਹਾਡਾ ਖਰਚਾ ਹੋ ਸਕਦਾ ਤਾਂ ਉਹ 1710 ਪਾਉਂਡ ਤੁਹਾਡਾ ਖਰਚਾ ਹੋ ਸਕਦਾ ਜੇ ਤੁਸੀਂ ਯੂਕੇ ਦੇ ਵਿੱਚ ਜਾ ਰਹੇ ਆ ਜਿਹੜੀਆਂ 33 ਕੰਟਰੀਆਂ ਤੋਂ ਤੁਸੀਂ ਯੂਕੇ ਦੇ ਵਿੱਚ ਜਾ ਰਹੇ ਆ ਤਾਂ ਤੁਹਾਨੂੰ ਹੋਟਲ ਦੇ ਵਿੱਚ ਕਵਾਰੈਂਟਨ ਜਿਹੜਾ ਉੱਥੇ ਕੱਟਣਾ ਪੈਣਾ ਤਾਂ ਬ੍ਰਿਟਿਸ਼ ਲੋਕਾਂ ਦੇ ਵੱਲੋਂ ਜਿਹੜਾ ਹੁਣ ਪ੍ਰੋਟੈਸਟ ਆ ਇਹੋ ਵੀ ਕੀਤਾ ਜਾ ਰਿਹਾ ਹੈ ਵੀ ਤੁਸੀਂ ਇਦਾਂ ਨਾ ਕਰੋ ਵੀ ਜਿਹੜਾ ਖਰਚਾ ਹੁੰਦਾ ਈ ਜਿਵੇਂ ਹੁਣ ਬ੍ਰਿਟਿਸ਼ ਲੋਕ ਵੀ ਜੇ ਉੱਥੇ ਦੁਬਾਰਾ ਐਂਟਰੀ ਕਰਦੇ ਆ ਤਾਂ ਉਹਨਾਂ ਨੂੰ ਵੀ ਜਿਹੜਾ ਹੋਟਲਾਂ ਦੇ ਵਿੱਚ ਰਹਿਣਾ ਪੈਂਦਾ ਵੀ ਉਹਨਾਂ ਦਾ ਕਹਿਣਾ ਵੀ ਅਸੀਂ ਇੰਨਾ ਖਰਚਾ ਨਹੀਂ ਕਰ ਸਕਦੇ ਵੀ ਆਪਣੇ ਦੇਸ਼ ਖੋਦ ਵਾਪਸ ਜਾਣ ਦੇ ਲਈ ਵੀ ਜੇ ਸਾਨੂੰ ਇੰਨੀ ਰਕਮਾ ਉੱਥੇ ਜਾ ਕੇ ਜਿਹੜੀ ਫਿਰ ਤੋਂ ਜਿਹੜੀ ਆ ਆਪਣੇ ਪੱਲੇ ਤੇ ਲਗਾਉਣੀ ਪੈਣੀ ਆ ਵੀ ਉਹਦੇ ਕਰਕੇ ਵੀ ਇਹ ਹੁਣ ਪ੍ਰੋਟੈਸਟ ਕਰ ਰਹੇ ਨੇ ਇਹ ਵੀ ਜਿਹੜੇ ਬ੍ਰਿਟਿਸ਼ ਲੋਕ ਆ ਵੀ ਉਹ ਕਹਿੰਦੇ ਆ ਵੀ ਜਿਹੜੀ ਤੁਹਾਡੀ ਇਹ ਤੁਸੀਂ ਚਲਾਇਆ ਹੋਇਆ ਵੀ ਚੱਕਰ ਵੀ ਹੋਟਲਾਂ ਦੇ ਵਿੱਚ ਰਹੋ ਤਾਂ ਇਹਨੂੰ ਖਤਮ ਕਰੋ ਬੀ ਸਦਾ ਬੰਦੇ ਨੂੰ ਕਹੋ ਵੀ ਆਪਣੇ ਘਰ ਦੇ ਵਿੱਚ ਕਵਾਰਨਟਾਈਨ ਕਰੇ ਜਿਵੇਂ ਕਿ ਹੋਰ ਕੰਟਰੀਆਂ ਦੇ ਵਿੱਚ ਚੱਲ ਰਿਹਾ ਤੇ ਜੇ ਹੁਣ ਤੁਸੀਂ ਜਾ ਰਹੇ ਹੋ ਯੂਕੇ ਤਾਂ ਥੋੜਾ ਜਿਹਾ ਆਪਣੇ ਟਿਕਟਾਂ ਜਿੱਥੇ ਤੇ ਤੁਸੀਂ ਬਾਏ ਕਰਦੇ ਆ ਤਾਂ ਉਹਨਾਂ ਤੇ ਵੀ ਇਨਫੋਰਮੇਸ਼ਨ ਲੈ ਲੈ ਕਰੋ ਕਿਉਂਕਿ ਇਹ ਸੋਮਵਾਰ ਤੋਂ ਜਿਹੜਾ ਸ਼ੁਰੂ ਹੋ ਰਿਹਾ ਹੈ ਵੀ ਜਿਹੜੀ ਤੁਹਾਨੂੰ ਸਿੱਧੀ ਡਾਇਰੈਕਟ ਵੀ ਉੱਥੇ ਤੋਂ ਆਪਣੀ ਡੇਟ ਬੁੱਕ ਕਰਨੀ ਪਏ ਕਰਨੀ ਹੈ ਇਹ ਟੈਸਟ ਬੁੱਕ ਕਰਨਾ ਪਏ ਕਰਨਾ ਹੈ ਇਹ ਗਵਰਨਮੈਂਟ ਦੀ ਵੈਬਸਾਈਟ ਤੋਂ ਜਿੱਦੀ ਕਿ ਜਿਹੜੀ ਫੀਸ ਹੋਏ ਕਰੂਗੀ 210 ਰੁਪਏ ਦੀ ਪੀਸ ਹੋਏ ਕਰੂਗੀ ਤੇ ਯੂਕੇ ਦੀ ਗੱਲ ਕਰੀਏ ਅੱਜ ਜਿਹੜੇ ਯੂਕੇ ਦੇ ਵਿੱਚ ਅੱਜ ਨਿਊ ਕੇਸ ਆਇਆ ਤਾਂ ਹੀ 13308 ਉੱਥੇ ਅੱਜ ਨਵੇਂ ਕੇਸ ਰਜਿਸਟਰ ਕੀਤੇ ਗਏ ਯੂਕੇ ਦੇ ਵਿੱਚ ਤੇ ਜਿਹੜੇ ਕੇਸ ਆਈ ਉਹ ਵੀ ਕਾਫੀ ਜ਼ਿਆਦਾ ਵੱਧ ਆਉਂਦੀਆਂ ਤੇ ਜਿਹੜੀਆਂ ਡੈਥ ਹੁੰਦੀਆਂ ਯੂਕੇ ਦੇ ਵਿੱਚ ਉਹ ਵੀ ਕਾਫੀ ਜ਼ਿਆਦਾ ਵੱਧ ਡੈਥ ਹੁੰਦੀਆਂ ਤਾਂ ਹੀ ਉੱਥੇ ਦੀ ਜਿਹੜੀ ਸਰਕਾਰ ਆਈ ਇਦਾਂ ਦੇ ਜਿਹੜੀ ਸਟੈਪ ਲੰਦੀ ਆ ਵੀ ਕੇਸਾਂ ਤੇ ਕੰਟਰੋਲ ਕੀਤਾ ਜਾਵੇ 621 ਜਣਿਆਂ ਦੀ ਅੱਜ ਡੇਥ ਹੋਈ ਹੈ ਯੂਕੇ ਦੇ ਵਿੱਚ ਤੇ ਟੋਟਲ ਕੇਸਾਂ ਦੀ ਗੱਲ ਕਰੀਏ 40,27,106 ਕੇਸ ਟੋਟਲ ਹੋ ਚੁੱਕੇ ਆ ਤੇ 1,16,908 ਬੰਦੇ ਦੀ ਇੱਥੇ ਡੈਥ ਹੋ ਚੁੱਕੀ ਆ ਤੇ ਇਹਦੇ ਵਿੱਚੋਂ ਠੀਕ ਹੋਣ ਵਾਲਿਆਂ ਦੀ ਗੱਲ ਕਰੀਏ ਟੋਟਲ ਕੇਸਾਂ ਦੇ ਵਿੱਚੋਂ 40,27,106 ਦੇ ਵਿੱਚੋਂ ਜਿਹੜਾ ਹੀ 21,25,331 ਬੰਦਾ ਠੀਕ ਵੀ ਹੋ ਚੁੱਕਿਆ ਤੇ ਗੱਲ ਕਰੀਏ ਆਪਾਂ ਐਕਟਿਵ ਕੇਸਾਂ ਦੀ ਜਿਹੜੇ ਐਕਟਿਵ ਕੇਸ ਆ ਯੂਕੇ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਕੇਸ 17 ਲੱਖ 84867 ਯੂਕੇ ਦੇ ਵਿੱਚ ਹੀ ਐਕਟਿਵ ਕੇਸ ਆ ਤੇ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਆਈ 2943 ਬੰਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਤੇ ਇਸ ਤੋਂ ਬਾਅਦ ਹੀ ਗੱਲ ਕਰੀਏ ਆਪਾਂ ਇਟਲੀ ਦੀ ਜਿਹੜੇ ਅੱਜ ਇਟਲੀ ਦੇ ਵਿੱਚ 13 ਤਰੀਕ ਨੂੰ ਜਿਹੜੇ ਅੱਜ ਨਿਊ ਕੇਸ ਆਏ ਆ ਤਾਂ ਇਹ 13532 ਅੱਜ ਨਿਊ ਕੇਸ ਆਏ ਆ ਤੇ ਜਿਹੜੀ ਅੱਜ ਡੈਥ ਹੋਈ ਆਈ 311 ਜਣਿਆਂ ਦੀ ਅੱਜ ਡੈਥ ਹੋਈ ਹੈ ਤੇ ਟੋਟਲ ਡੈਥ ਦੀ ਗੱਲ ਕਰੀਏ ਤਾਂ ਇਹ 93356 ਬੰਦੇ ਦੀ ਹੁਣ ਤੱਕ ਕੋਵਿਡ-19 ਦੇ ਕਰਕੇ ਜਿਹੜੀ ਡੈਥ ਹੋ ਚੁੱਕੀ ਹੈ ਅਟਲੀ ਦੇ ਵਿੱਚ ਤੇ ਜੇ ਟੋਟਲ ਕੇਸਾਂ ਦੀ ਗੱਲ ਕਰੀਏ ਤਾਂ ਇਹ 2710819 ਟੋਟਲ ਕੇਸ ਹੋ ਚੁੱਕੇ ਆ ਤੇ ਇਹਦੇ ਵਿੱਚੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਹੈਗੀ ਹੈ 22 ਲੱਖ 16050 ਬੰਦਾ ਠੀਕ ਵੀ ਹੋ ਚੁੱਕੇ ਆ ਤੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਐਕਟਿਵ ਕੇਸਾਂ ਦੀ ਗਿਣਤੀ ਹੈਗੀ ਹੈ 411413 ਇਸ ਟਾਈਮ ਵੀ ਐਕਟਿਵ ਕੇਸ ਆ ਤੇ 2062 ਬੰਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਤੇ ਇਹੀ ਸੀਗੀ ਅੱਜ ਦੀ ਅਪਡੇਟ ਤੇ ਮਿਲਦੇ ਆਂ ਹੀ ਆਪਾਂ ਫੇਰ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੋਰ ਅਪਡੇਟ ਦੇ ਨਾਲ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ